ਉਦੀ ਬਾਲਿਆਂ ਦੀ ਛੱਤ ਚੋਰੀ ਏ ਲੈ ਵੀ ਤੇਰੇ ਆ ਛੱਤ ਠੀਕ ਕਰਾ ਦਾਂਗੇ ਤੂੰ ਧਰਮ ਜੁਆਇਨ ਕਰ ਜਾ ਤੂੰ ਆ ਤੇਰੇ ਸਕੂਲ ਦਾ ਬੱਚੇ ਦੀ ਤੇਰੀ ਫੀਸ ਨਹੀਂ ਜਾ ਰਹੀ ਤੈਨੂੰ ਤੂੰ ਆ ਧਰਮ ਜੁਆਇਨ ਕਰ ਜਾ ਮਤਲਬ ਐਦਾਂ ਦੇ ਪ੍ਰਲੋਭਨ ਦੇ ਕੇ ਐਦਾਂ ਦੇ ਝੂਠੇ ਆਸ਼ਵਾਸਨ ਦੇ ਕੇ ਜਿਹੜੀ ਉਹ ਧਰਮ ਦੀ ਪ੍ਰਵਰਤੀ ਜਿਹੜੀ ਐਕਰਾ ਰਹੇ ਨੇ ਸੇਖ ਕਦੀ ਇਹ ਬਰਦਾਸ਼ਤ ਨਹੀਂ ਕਰੇਗਾ ਈ ਉਹਦੇ ਧਰਮ ਤੇ ਜਾਂ ਉਹਦੇ ਕਕਾਰਾਂ ਤੇ ਜਾਂ ਸਾਡੇ ਗੁਰੂ ਸਾਹਿਬਾਨ ਤੇ ਕੋਈ ਐਦਾਂ ਦੀ ਗੂ ਕਰੇਗਾ ਤੇ ਫਿਰ ਤੇ ਕਲੈਸ਼ ਹੀ ਖੜਾ ਹੋਏਗਾ ਜੀ ਆਏ ਦਿਨ ਜਿਹੜੀਆਂ ਆਪਣੀਆਂ ਵੀਡੀਓਜ਼ ਵਾਇਰਲ ਕਰ ਰਹੇ ਨੇ ਜੀ ਉਹ ਅੰਨਾ ਹੈ ਜੀ ਉਹ ਦੇਖਣ ਲੱਗ ਪਏਗਾ ਜੀ ਉਹ ਲੂਲਾ ਲੰਗੜਾ ਹੈ ਉਹਨੂੰ ਵਿਦਾਊਟ ਕੋਈ ਮੈਡੀਕਲ ਸਿਮਪਟੀ ਤੋਂ ਉਹ ਜਿਹੜਾ ਹੈ ਉਹ ਦੁਆ ਨਾਲ ਅਸੀਂ ਉਹ ਠੀਕ ਕਰ ਦਾਂਗੇ ਜਾਂ ਹੋਰ ਕੋਈ ਕਿਸੇ ਨੂੰ ਕੋਈ ਬਿਮਾਰੀ ਹੈ ਤੇ ਉਹਨੂੰ ਕੋਈ ਮੈਡੀਕਲ ਦੀ ਲੋੜ ਨਹੀਂ ਤੇ ਉਹਨੂੰ ਜਿਹੜਾ ਅਸੀਂ ਉਹ ਦੁਆਵਾਂ ਨਾਲ ਠੀਕ ਕਰ ਦਾਂਗੇ ਇਹ ਸਭ ਝੂਠ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੇਰਾ ਵਿਧੰਜਲ ਪ੍ਰੋਗਰਾਮ ਖਾਸ ਮੁਲਾਕਾਤ ਵਿੱਚ ਸਾਰਿਆਂ ਦਾ ਨਿੱਗਾ ਸਵਾਗਤ ਕਰਦੀ ਹਾਂ ਤੇ ਅੱਜ ਆਪਾਂ ਮੁਲਾਕਾਤ ਕਰਨ ਜਾ ਰਹੇ ਹਾਂ ਸਿੱਖ ਤਾਲਮਿਲ ਕਮੇਟੀ ਦੇ ਪ੍ਰਧਾਨ ਹਰਪਾਲ ਸਿੰਘ ਚੱਡਾ ਜੀ ਦੇ ਨਾਲ ਆਓ ਤੁਹਾਨੂੰ ਉਹਨਾਂ ਦੇ ਰੂਬਰੂ ਕਰਵਾਉਨੇ ਆ ਸਤਿ ਸ਼੍ਰੀ ਅਕਾਲ ਹਰਪਾਲ ਜੀ ਪਹਿਲਾਂ ਤਾਂ ਮੈਂ ਸਾਰੇ ਆਪ ਜੀ ਦੇ ਜਿੰਨੇ ਵਿਊਅਰਸ ਨੇ ਔਰ ਸਾਰੇ ਪੰਜਾਬੀ ਔਰ ਸਾਰੀ ਖਲਕਤ ਜਿੰਨੇ ਵਸਦੇ ਨੇ ਮੈਂ ਉਹਨਾਂ ਨੂੰ ਫਤਿਹ ਦੀ ਸਾਂਝ ਬੁਲਾਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਰਪਾਲ ਜੀ ਇੱਕ ਸਵਾਲ ਅਸੀਂ ਤੁਹਾਨੂੰ ਕਰ ਰਹੇ ਹਾਂ ਕਿ ਪਹਿਲਾਂ ਤਾਂ ਸਿੱਖਾਂ ਤੇ ਹਿੰਦੂਆਂ ਦੇ ਵਿੱਚ ਜਿਹੜੇ ਵਿਵਾਦ ਬੰਦੇ ਜਾ ਰਹੇ ਨੇ ਆਏ ਦਿਨ ਕੋਈ ਨਾ ਕੋਈ ਝਗੜੇ ਹੁੰਦੇ ਰਹਿੰਦੇ ਨੇ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਨੇ ਤੁਹਾਡਾ ਸਵਾਲ ਜਿਹੜਾ ਹੈ ਉਹ ਬਹੁਤ ਇੱਕ ਸੈਂਸਿਟਿਵ ਜਿਹੇ ਇਸ਼ੂ ਦੇ ਉੱਤੇ ਤੁਸੀਂ ਸਵਾਲ ਕੀਤਾ ਹੈ ਇਸ ਸਵਾਲ ਦੇ ਵਿੱਚ ਹਕੀਕਤ ਜਿਹੜੀ ਹੈ ਉਹ ਇਹ ਹੈ ਵੀ ਕਦੀ ਵੀ ਸਾਡੇ ਗੁਰੂ ਸਾਹਿਬਾਨ ਨੇ ਜਾਂ ਕਿਸੇ ਵੀ ਧਰਮ ਨੇ ਕਿਸੇ ਨੂੰ ਵੀ ਦੂਸਰੇ ਧਰਮ ਦੇ ਨਾਲ ਲੜਨ ਵਾਸਤੇ ਜਾਂ ਕੋਈ ਵਿਵਾਦ ਕਰਨ ਵਾਸਤੇ ਕੋਈ ਕਦੀ ਕੋਈ ਸਿੱਖਿਆ ਜਾਂ ਕਦੀ ਕੋਈ ਸੰਦੇਸ਼ ਜਾਂ ਉਹਨਾਂ ਦੇ ਪੀਰ ਪਗੰਬਰਾਂ ਨੇ ਜਾਂ ਉਹਨਾਂ ਦੇ ਜਿਹੜੇ ਵੀ ਉਹਨਾਂ ਦੇ ਗੁਰੂ ਸਾਹਿਬਾਨ ਹੋਏ ਜਾਂ ਸਾਡੇ ਗੁਰੂ ਸਾਹਿਬਾਨ ਹੋਏ ਉਹਨਾਂ ਸਾਰਿਆਂ ਨੇ ਇੱਕ ਸਾਂਝੀ ਵਾਲਤਾ ਦੀ ਜਿਹੜੀ ਹੈ ਉਹ ਗੱਲ ਰੱਖੀ ਸੀ ਬਟ ਇਹਦੇ ਵਿੱਚ ਹੁਣ ਜੋ ਇਸ ਸਮੇਂ ਦੇ ਵਿੱਚ ਜਿਹੜੀ ਚੀਜ਼ ਸਾਹਮਣੇ ਉੱਭਰ ਕੇ ਆ ਰਹੀ ਹੈ ਉਹਦੇ ਵਿੱਚ ਕੁਝ ਇੱਕ ਜਿਹੜੇ ਜਿਹੜੇ ਕੀ ਆਪਣੇ ਆਪ ਨੂੰ ਹਿੰਦੂ ਕਮਿਊਨਿਟੀ ਦੇ ਰਿਪਰੈਜ਼ੈਂਟ ਤਾਂ ਜ਼ਰੂਰ ਕੋਹਾਂਦੇ ਨੇ ਪਰ ਤੁਸੀਂ ਕਦੀ ਬੇਸਿਕਲੀ ਉਹਨਾਂ ਨੂੰ ਗਰਾਊਂਡ ਲੈਵਲ ਤੇ ਚੈੱਕ ਕਰੋ ਤੇ ਕਦੀ ਕਮਿਊਨਿਟੀ ਉਹਨਾਂ ਦੇ ਨਾਲ ਨਹੀਂ ਖੜੀ ਮਿਲੇਗੀ ਇਹ ਜਿਹੜਾ ਉਹਨਾਂ ਦਾ ਮਕਸਦ ਹੈ ਨਾ ਮਕਸਦ ਉਹਨਾਂ ਦਾ ਸਿੱਖੀ ਨੂੰ ਕਟਾਸ਼ ਕਰਨ ਦਾ ਜਾਂ ਇੱਕ ਸਿੱਖ ਧਰਮ ਦੇ ਉੱਪਰ ਜਾਂ ਗੁਰੂ ਸਾਹਿਬਾਨ ਦੇ ਉੱਪਰ ਜਾਂ ਸੰਤਾ ਮਹਾਂਪੁਰਸ਼ਾਂ ਦੇ ਉੱਪਰ ਉਹਨਾਂ ਦਾ ਜਿਹੜਾ ਉਹ ਕਟਾਸ਼ ਕਰਨ ਦਾ ਜਿਹੜਾ ਕਾਰਨ ਹੈ ਦੇ ਵਾਂਟਸ ਓਨਲੀ ਐਂਡ ਓਨਲੀ ਕਿ ਹਾਂ ਵੀ ਸਾਨੂੰ ਇਸ ਚੀਜ਼ ਦਾ ਉਹ ਰਿਐਕਸ਼ਨ ਮਿਲੇ ਤੇ ਉਸ ਰਿਐਕਸ਼ਨ ਨੂੰ ਇਹ ਜਿਹੜੀ ਹੈ ਉਹ ਆਪਣਾ ਪੁਲਿਸ ਐਡਮਿਨਿਸਟ੍ਰੇਸ਼ਨ ਕੋਲੇ ਜਾਂ ਗਵਰਨਮੈਂਟ ਕੋਲੇ ਉਹ ਨੂੰ ਇਸ ਤਰੀਕੇ ਨਾਲ ਰੱਖਦੇ ਨੇ ਜੀ ਦੇਖੋ ਜੀ ਵੀ ਸਾਨੂੰ ਹੁਣ ਉਹ ਥ੍ਰੈਟਸ ਮਿਲ ਗਈਆਂ ਉਹਨੂੰ ਥ੍ਰੈਟਸ ਮਿਲਣ ਦਾ ਬੇਸਿਕ ਉਹਨਾਂ ਦਾ ਜਿਹੜਾ ਟਾਰਗੇਟ ਸੀ ਉਹ ਆਪਣੇ ਗੋਲ 'ਚ ਉਹ ਬਹੁਤ ਨੇੜੇ ਪਹੁੰਚ ਜਾਂਦੇ ਨੇ ਕਿ ਜੀ ਸਾਨੂੰ ਥ੍ਰੈਟਸ ਮਿਲ ਗਈਆਂ ਸਾਨੂੰ ਸਿਕਿਉਰਿਟੀ ਦੇ ਦੋ ਹੁਣ ਉਹ ਸਿਕਿਉਰਿਟੀ ਲੈ ਕੇ ਬਕਾਇਦਾ ਉਹਨੂੰ ਜਿੰਨੇ ਵੀ ਸਰਕਾਰੀ ਅਦਾਰੇ ਜਾਂ ਜਿੱਥੇ ਵੀ ਕਿਤੇ ਹੋਰ ਪਬਲਿਕਲੀ ਕਿਤੇ ਵਿਚਰਨਾ ਜਾਂ ਕਰਨਾ ਉਸ ਸਿਕਿਉਰਿਟੀ ਦਾ ਇੱਕ ਮਿਸਯੂਜ਼ ਕਰਕੇ ਉਸ ਦਾ ਇੱਕ ਰਿਫਲੈਕਸ਼ਨ ਦੇ ਕੇ ਉਹ ਧੱਕੇ ਨਾਲ ਜਾ ਜਾ ਕੇ ਕੋਈ ਕੋਈ ਆਪਣੇ ਦਫਤਰਾਂ ਚੋਂ ਕੰਮ ਕਰਾਣੇ ਜਾਂ ਕਈ ਇਸ਼ੂਜ਼ ਹੁੰਦੇ ਨੇ ਜਿਹੜੇ ਕੋਈ ਪ੍ਰਾਪਰਟੀਆਂ ਦੇ ਡਿਸਪਿਊਟ ਨੇ ਜਾਂ ਕੁਝ ਹੋਰ ਨੇ ਉੱਥੇ ਉਹ ਆਪਣੇ ਆਪ ਨੂੰ ਇੱਕ ਐਜ਼ ਆ ਪ੍ਰਮੋਟ ਕਰਨ ਲਈ ਇੱਕ ਸਿਕਿਉਰਟੀ ਵਾਲੇ ਗਨਮੈਨ ਦੇ ਨਾਲ ਜਾ ਕੇ ਉਹ ਆਪਣੀ ਇੱਕੋ ਫੋਕਸ ਰੱਖਦੇ ਨੇ ਉਹ ਜਿਹੜੇ ਬੰਦੇ ਨੇ ਉਹ ਜਾਣ ਬੁਝ ਕੇ ਉਹ ਜਿਹੜਾ ਉਹ ਸਾਡੇ ਧਰਮਾਂ ਦੇ ਵਿੱਚ ਜਿਹੜਾ ਉਹ ਵਖਰੇਵਾ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜੇ ਕਿਤੇ ਸਟੇਟ ਸਰਕਾਰ ਜਾਂ ਸੈਂਟਰ ਦੀ ਸਰਕਾਰ ਇਹਨਾਂ ਚੀਜ਼ਾਂ ਉੱਤੇ ਰੋਕਥਾਮ ਲਾਵੇ ਵੀ ਹਾਂ ਵੀ ਕਦੀ ਵੀ ਇਹਨਾਂ ਬੰਦਿਆਂ ਨੂੰ ਨਾ ਉਹ ਕਦੀ ਸ਼ੈਲਟਰ ਦਿੱਤਾ ਜਾਏ ਨਾ ਇਹਨਾਂ ਨੂੰ ਕਦੀ ਪ੍ਰਮੋਸ਼ਨ ਦਿੱਤੀ ਜਾਏ ਤਾਂ ਇਹ ਗੱਲ ਜਿਹੜੀ ਉਹ ਰੁਕ ਸਕਦੀ ਉਦਾਂ ਹਿੰਦੂ ਸਿੱਖ ਦੇ ਵਿੱਚ ਜਾਂ ਕਿਸੇ ਹੋਰ ਧਰਮ ਦੇ ਵਿੱਚ ਮੈਂ ਓਨਲੀ ਨਾਟ ਫਾਰ ਸੇਇੰਗ ਵੀ ਹਾਂ ਵੀ ਹਿੰਦੂ ਔਰ ਸਿੱਖ ਸਾਰੀ ਜਿੰਨੀਆਂ ਕਮਿਊਨਿਟੀਆਂ ਨੇ ਸਾਰੇ ਕ੍ਰਿਸਚੀਅਨ ਵੀ ਸਾਡੀ ਸਾਡੇ ਤਾਂ ਇੱਕ ਗੁਰੂ ਸਾਹਿਬਾਨ ਦਾ ਇੱਕ ਮੈਸੇਜ ਸੀ ਵੀ ਇਹ ਸਾਰੇ ਸਰਬ ਧਰਮ ਦੀ ਇੱਕ ਸਾਂਝੀ ਗੱਲ ਜ਼ਰੂਰ ਕਰਨੀ ਹੈ ਬਾਕੀ ਕਈ ادارےਾਂ ਦੇ ਵਿੱਚ ਧਾਰਮਿਕ ਚਿੰਨਾਂ ਨੂੰ ਲੈ ਕੇ ਬੜੇ ਸਵਾਲ ਉੱਠਦੇ ਨੇ ਜ਼ਿਆਦਾਤਰ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਹੁਣ ਉਹਦੇ ਵਿੱਚ ਵੀ ਜਿਹੜੀ ਗੱਲ ਤੁਹਾਡਾ ਸਵਾਲ ਬਹੁਤ ਵਧੀਆ ਸਵਾਲ ਹੈ ਵੀ ਹਾਂ ਵੀ ਜਿਹੜੇ ਆਏ ਦਿਨ ਜਿਹੜਾ ਇਹੋ ਜਿਹੇ ਇਸ਼ੂ ਜਿਹੜੇ ਉੱਠਦੇ ਰਹਿੰਦੇ ਨੇ ਕਦੀ ਦੇਖੋ ਤੁਸੀਂ ਆ ਲਾਸਟ ਟਾਈਮ ਇੱਕ ਉਹ ਨੈਟ ਵਾਲਿਆਂ ਨੇ ਆਪਣੇ ਉਥੇ ਸਿਟੀ ਇੰਸਟੀਚਿਊਟ ਚ ਉਥੇ ਇੱਕ ਆਪਣਾ ਰੱਖਿਆ ਸੀ ਐਗਜ਼ਾਮ ਤੇ ਉਹਦੇ ਵਿੱਚ ਹੁਣ ਦੇਖੋ ਨੈਟ ਵਾਲਿਆਂ ਦੀ ਜਿਹੜੀ ਇਨਸਟਰਕਸ਼ਨ ਸੀ ਉਹ ਸੀ ਵੀ ਮੈਟਲ ਵਾਲਾ ਪਾਰਟ ਉਹ ਮੈਟਲ ਵਾਲਾ ਪਾਰਟ ਇੱਕ ਡਿਫਰੈਂਟ ਥਿੰਗ ਹੈ ਇੱਕ ਕਲॉज ਹੈ ਉਹਨਾਂ ਦੀ ਵੀ ਠੀਕ ਹੈ ਮੈਟਲ ਵਾਲਾ ਪਾਰਟ ਬਟ ਜਿਹੜੀ ਇੱਥੋਂ ਦੀ ਜਿਹੜੀ ਕਮਿਊਨਿਟੀ ਹੈ ਜਾਂ ਜਿਹੜੇ ਇੱਥੋਂ ਦੇ ਜਿਹੜੇ ਬੰਦੇ ਉਹਨੂੰ ਦਾ ਫੇਸ ਕਰ ਰਹੇ ਸੀ ਜਾਂ ਉਹਦੇ ਐਜ਼ ਐਡਮਿਨਿਸਟ੍ਰੇਸ਼ਨ ਉਹਦੇ ਚ ਕੰਮ ਕਰ ਰਹੇ ਸੀ ਉਹਨਾਂ ਨੂੰ ਪ੍ਰੈਕਟੀਕਲੀ ਉਹ ਪਤਾ ਸੀ ਵੀ ਸਿੱਖ ਦਾ ਇੱਕ ਕੜੇ ਦੇ ਨਾਲ ਕੀ ਰਿਸ਼ਤਾ ਹੈ ਸਾਨੂੰ ਗੁਰੂ ਸਾਹਿਬਾਨ ਨੇ ਜਿਹੜੇ ਪੰਜ ਕਕਾਰ ਬਖਸ਼ੇ ਸੀ ਉਹਦੇ ਵਿੱਚੋਂ ਕੜਾ ਇੱਕ ਸਾਡਾ ਇੱਕ ਕਕਾਰ ਹੈ ਬਟ ਉਹਨਾਂ ਨੇ ਉਹ ਦੇਖੋ ਮੈਂ ਲੈਕ ਆਫ ਨੌਲੇਜ ਕਹ ਲਓ ਜਾਂ ਇੱਕ ਅਨਪੜਤਾ ਮੈਂ ਕਹਾਂਗਾ ਇਲੀਟਰੇਸੀ ਹੈ ਵੀ ਤੁਸੀਂ ਤੁਹਾਨੂੰ ਅਵੇਅਰਨੈਸ ਹੁੰਦਿਆਂ ਸੁਣਦਿਆਂ ਤੁਸੀਂ ਇਸ ਗੱਲ ਨੂੰ ਜੇ ਇਸ਼ੂ ਬਣਾਓਗੇ ਤਾਂ ਫਿਰ ਤਾਂ ਇਹ ਗੱਲ ਕਦੀ ਰੁਕੇਗੀ ਨਹੀਂ ਸਿੱਖ ਕਦੀ ਇਹ ਬਰਦਾਸ਼ਤ ਨਹੀਂ ਕਰੇਗਾ ਕਿ ਉਹਦੇ ਧਰਮ ਤੇ ਜਾਂ ਉਹਦੇ ਕਕਾਰਾਂ ਤੇ ਜਾਂ ਸਾਡੇ ਗੁਰੂ ਸਾਹਿਬਾਨ ਤੇ ਕੋਈ ਐਦਾਂ ਦੀ ਕੋਈ ਕਰੇਗਾ ਤੇ ਫਿਰ ਤੇ ਕਲੇਸ਼ ਹੀ ਖੜਾ ਹੋਏਗਾ ਜੀ। ਬਾਕੀ ਹਰਪਾਲ ਜੀ ਅੰਧਵਿਸ਼ਵਾਸ ਵੀ ਕਈ ਬਹੁਤ ਫੈਲਾ ਰਹੇ ਨੇ ਜਿਵੇਂ ਕਿ ਅੰਧਵਿਸ਼ਵਾਸ ਫੈਲਾ ਕੇ ਕਿ ਅਸੀਂ ਤੁਹਾਨੂੰ ਠੀਕ ਕਰ ਦਵਾਂਗੇ ਐਦਾਂ ਹੋ ਜਾਏਗਾ ਇਹ ਹੋ ਜਾਏਗਾ ਤੇ ਉਹਨਾਂ ਨੂੰ ਇਹਦਾ ਅੰਧਵਿਸ਼ਵਾਸ ਫੁਲਾਉਂਦੇ ਨੇ ਤਾਂ ਫਿਰ ਆਪਣੇ ਵੱਲ ਨੂੰ ਖਿੱਚਦੇ ਨੇ। ਉਹਨਾਂ ਲੋਕਾਂ ਦੇ ਬਾਰੇ ਤੁਹਾਡੀ ਕੀ ਵਿਚਾਰ ਨੇ? ਤੁਸੀਂ ਬੜਾ ਡੀਪਲੀ ਤੱਕਰ ਚਲੇਗੇ। ਮੈਂ ਬਹੁਤ ਖੁਸ਼ ਹਾਂ ਤੁਹਾਡੇ ਇਸ ਸਵਾਲ ਤੋਂ। ਬੀ ਦੇਖੋ ਇਹ ਆਏ ਦਿਨ ਜਿਹੜੀਆਂ ਆਪਣੀਆਂ ਵੀਡੀਓਜ਼ ਤੇ ਵਾਇਰਲ ਕਰ ਰਹੇ ਨੇ ਜੀ ਉਹ ਅੰਨਾ ਹੈ ਜੀ ਉਹ ਦੇਖਣ ਲੱਗ ਪੇਗਾ ਜੀ ਉਹ ਲੂਲਾ ਲੰਗੜਾ ਹੈ ਉਹਨੂੰ ਵਿਦਾਊਟ ਕੋਈ ਮੈਡੀਕਲ ਫੈਸਿਲਿਟੀ ਤੋਂ ਉਹ ਜਿਹੜਾ ਹੈ ਉਹ ਦੁਆ ਨਾਲ ਅਸੀਂ ਉਹ ਠੀਕ ਕਰ ਦਾਂਗੇ ਜਾਂ ਹੋਰ ਕੋਈ ਕਿਸੇ ਨੂੰ ਕੋਈ ਬਿਮਾਰੀ ਹੈ ਤੇ ਉਹਨੂੰ ਕੋਈ ਮੈਡੀਕਲ ਦੀ ਲੋੜ ਨਹੀਂ ਤੇ ਉਹਨੂੰ ਜਿਹੜਾ ਅਸੀਂ ਉਹ ਦੁਆਵਾਂ ਨਾਲ ਠੀਕ ਕਰ ਦਾਂਗੇ ਇਹ ਸਭ ਝੂਠ ਹੈ ਇਹ ਸਭ ਇੱਕ ਤਾਂਤ੍ਰਿਕ ਜਿੱਦਾਂ ਇੱਕ ਇੱਕ ਤਾਂਤ੍ਰਿਕ ਲੋਕਾਂ ਨੂੰ ਗੁੰਮਰਾਹ ਕਰਦੇ ਸੀ ਇਹ ਇਕੁਅਲੀ ਇਹ ਤਾਂਤ੍ਰਿਕ ਹੀ ਬਣ ਗਏ ਨੇ ਇਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਹੁਣ ਦੇਖੋ ਜਿਹੜੀ ਇਸੇ ਗੱਲ ਦਾ ਜੇ ਮੈਂ ਇੱਕ ਤੁਹਾਨੂੰ ਇੱਕ ਜਵਾਬ ਦੇਣਾ ਚਾਹਨਾ ਵੀ ਜੇ ਮੰਨ ਲਓ ਅੱਜ ਸਿੱਖ ਕੌਮ ਦੇ ਵਿੱਚ ਜਿਹੜੀ ਸਾਡੀ ਸੁਪਰ ਇੱਕ ਸਾਡੀ ਜਿਹੜੀ ਹਸਤੀ ਹੈ ਜਿਹੜਾ ਸਾਡੇ ਜਹੇਦਾਰ ਕਾਲ ਤੱਕ ਹੈ ਉਹ ਸਾਡੀ ਸਿੱਖ ਕੌਮ ਦੇ ਜਿਹੜੇ ਆ ਉਹ ਸਾਰੇ ਜਿਹੜੇ ਫੈਸਲੇ ਆ ਜਾਂ ਸਾਡੇ ਧਰਮ ਦੇ ਰਿਲੇਟਡ ਜਿਹੜੀ ਉਹ ਸਾਰੀ ਜ਼ਿੰਮੇਵਾਰੀ ਉਹਨਾਂ ਕੋਲੇ ਆ ਇਦਾਂ ਹੀ ਸੇਮ ਇਸ 크ਰਿਸਚੀਅਨਿਟੀ ਦੇ ਵਿੱਚ ਵੀ ਇਹਨਾਂ ਦੀ ਵੀ ਜਿਹੜੀ ਸੁਪਰ ਬਾਸ ਜਿਹੜੀ ਸੁਪਰ ਵਾਰੀ ਜਿਹੜੀ ਇੱਕ ਲਾਸਟ ਜਿਹੜੀ ਪਾਵਰ ਹੈ ਜਿਹੜੇ ਜਿਹੜਾ ਕਿ ਸਾਰੇ ਇਸ ਚੀਜ਼ ਦੇ ਡਿਸੀਜਨ ਲੈਂਦਾ ਹੈ ਉਹ ਪਾਪ ਹੈ ਹੁਣ ਵੇਖੋ ਲਾਸਟ ਟਾਈਮ ਜੇ ਪਾਪ ਤੁਸੀਂ ਇਹ ਦੇਖਿਆ ਹੋਣਾ ਬੜੀਆਂ ਸੋਸ਼ਲ ਮੀਡੀਆ ਤੇ ਵੀਡੀਓਜ਼ ਵੀ ਵਾਇਰਲ ਹੋਈਆਂ ਔਰ ਸਚਾਈ ਹੈ ਉਹ ਗੱਲ ਦੀ ਕਿ ਜਦੋਂ ਪਾਪ ਇੱਕ ਮੈਡੀਕਲੀ ਜਦੋਂ ਅਨਫਿਟ ਹੋਇਆ ਜਦੋਂ ਉਹਨੂੰ ਬਿਮਾਰ ਹੋਏ ਜਾਂ ਉਹਨਾਂ ਨੂੰ ਟ੍ਰੀਟਮੈਂਟ ਦੀ ਲੋੜ ਪਈ ਤੇ ਉਹ ਜਾ ਕੇ ਹਸਪੀਟਲਾਈਜ਼ ਹੋਏ ਫਿਰ ਉਹ ਉਹਨਾਂ ਦੇ ਹਸਤੇ ਉਹ ਦੌਰੇ ਮਾਪਦੰਡ ਕਿਉਂ ਉਹ ਮੈਡੀਕਲੀ ਜਾ ਕੇ ਆਪਣੇ ਹਸਪੀਟਲਾਂ 'ਚ ਇਲਾਜ ਕਰਾਨ ਤੇ ਲੋਕਾਂ ਨੂੰ ਪ੍ਰਮਾਣ ਹਸਤੇ ਕਹਿੰਦੇ ਅਸੀਂ ਤੇ ਦੁਆ ਨਾਲ ਠੀਕ ਕਰ ਦਾਂਗੇ ਉਦੋਂ ਪੋਪ ਨੂੰ ਫਿਰ ਕਿਉਂ ਨਹੀਂ ਦੁਆਵਾਂ ਨਾਲ ਠੀਕ ਕੀਤਾ ਉਹਨੂੰ ਕਿਉਂ ਫਿਰ ਹਸਪੀਟਲਾਈਜ਼ ਕੀਤਾ ਇਹ ਸਭ ਝੂਠ ਹੈ ਇਹ ਸਭ ਲੋਕਾਂ ਨੂੰ ਇੱਕ ਗੁੰਮਰਾਹ ਕਰਨ ਵਾਲੀ ਚੀਜ਼ ਹੈ ਇਹਦੇ ਉੱਪਰ ਸਾਨੂੰ ਸਾਰਿਆਂ ਨੂੰ ਅਵੇਅਰ ਹੋਣਾ ਚਾਹੀਦਾ ਹੈ ਜੇ ਸਾਰੇ ਅਵੇਅਰ ਹੋ ਜਾਣਗੇ ਫਿਰ ਇਹਨਾਂ ਦੀਆਂ ਝੂਠੀਆਂ ਲਾਲਚਾਂ ਦੇ ਵਿੱਚ ਝੂਠੀਆਂ ਗੁੰਮਰਾਹ ਕਰਨ ਵਾਲੀਆਂ ਜਿਹੜੀਆਂ ਗੱਲਾਂ ਉਹਦੇ 'ਚ ਅਸੀਂ ਬਾਹਰ ਆ ਸਕਦੇ ਹਾਂ ਬਾਕੀ ਹਰਪਾਲ ਜੀ ਸਵਾਲਾਂ ਦੇ ਵਿੱਚੋਂ ਇੱਕ ਸਵਾਲ ਇਹ ਵੀ ਬਣਦਾ ਹੈ ਜੇ ਧਰਮ ਪਰिवर्तन ਕਰਨ ਤੋਂ ਬਾਅਦ ਵਿੱਚ ਵੀ ਉਹ ਸਰਕਾਰੀ ਸਹੂਲਤਾਂ ਦਾ ਆਨੰਦ ਮਾਣਦੇ ਨੇ ਜੋ ਕਿ ਉਹਨਾਂ ਨੂੰ ਪਹਿਲਾਂ ਮਿਲੀਆਂ ਹੁੰਦੀਆਂ ਨੇ ਇਹਨਾਂ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਪਹਿਲਾਂ ਤਾਂ ਮੈਂ ਤੁਹਾਡੀ ਨੌਲੇਜ ਨੂੰ ਬਹੁਤ ਐਪਰੀਸ਼ੀਏਟ ਕਰਦਾ ਕਿ ਤੁਹਾਡੇ ਕੋਲ ਐਡੀ ਡੀਪਲੀ ਇਹ ਸਾਰੀਆਂ ਗੱਲਾਂ ਆਲਰੇਡੀ ਤੁਹਾਡੇ ਕੋਲ ਨੇ ਇਹ ਬਹੁਤ ਇੱਕ ਅਹਿਮ ਮੁੱਦਾ ਹੈ ਵੀ ਜਿਹੜਾ ਸਰਕਾਰ ਦੇ ਕੋਲੋਂ ਚਾਹੇ ਉਹ ਸਟੇਟ ਗਵਰਨਮੈਂਟ ਹੈ ਚਾਹੇ ਉਹ ਸੈਂਟਰ ਗਵਰਨਮੈਂਟ ਹੈ ਜਿੰਨੀਆਂ ਵੀ ਰਿਜ਼ਰਵੇਸ਼ਨ ਦੀਆਂ ਜਿਹੜੀਆਂ ਪਾਲਿਸਿਸ ਨੇ ਜਾਂ ਜੋ ਬੈਨੀਫਿਟਸ ਨੇ ਉਹ ਸਾਰੀਆਂ ਉਹ ਫੈਸਿਲਿਟੀਆਂ ਅਵੇਲ ਕਰ ਰਹੇ ਨੇ ਅਵੇਲ ਕਰਨਾ ਇੱਕ ਰਿਜ਼ਰਵੇਸ਼ਨ ਐਕਟ ਸਬਦਾਨ ਨੇ ਸਾਨੂੰ ਹੱਕ ਦਿੱਤਾ ਠੀਕ ਹੈ ਉਹ ਅਵੇਲ ਕਰ ਰਹੇ ਨੇ ਬਟ ਜਦੋਂ ਉਹ ਇਹਨਾਂ ਦੇ ਪ੍ਰਭਾਵਿਆਂ 'ਚ ਆ ਕੇ ਜਾਂ ਇਹਨਾਂ ਦੇ ਲਾਲਚਾਂ ਦੇ ਵਿੱਚ ਆ ਕੇ ਜਦੋਂ ਉਹ ਆਪਣਾ ਧਰਮ ਛੱਡ ਕੇ ਕਿਸੇ ਨਲਟੀ ਜੁਆਇਨ ਕਰਦੇ ਨੇ ਉਦੋਂ ਉਹ ਜਨਰਲ ਕਲਾਸ ਆ ਜਾਂਦੇ ਨੇ ਗਵਰਨਮੈਂਟ ਨੂੰ ਇਸ ਗੱਲ ਦੇ ਉੱਤੇ ਠੱਲ ਪਾਉਣ ਦੇ ਲਈ ਇਸ ਗੱਲ ਨੂੰ ਕਨਵਰਸ਼ਨ ਨੂੰ ਰੋਕਣ ਲਈ ਬਕਾਇਦਾ ਇੱਕ ਕਾਨੂੰਨ ਬਣਾਉਣਾ ਚਾਹੀਦਾ ਹੈ ਵੀ ਜਿਹੜਾ ਬੰਦਾ ਵੀ ਫੈਸਿਲਟੀਆਂ ਲੈਂਡ ਤੋਂ ਬਾਅਦ ਜਾਂ ਐਸੀਆਂ ਆਪਣੀਆਂ ਨੌਕਰੀਆਂ ਲੈਣ ਤੋਂ ਬਾਅਦ ਜਾਂ ਹੋਰ ਜੋ ਬੈਨੀਫਿਟ ਨੇ ਉਹ ਲੈਣ ਤੋਂ ਬਾਅਦ ਉਹ ਇਹਨਾਂ ਰੈਨੀ ਕੇਸ ਜੇ ਉਹ ਜਾ ਕੇ ਧਰਮ ਤਬਦੀਲ ਕਰਕੇ ਡੋਨਟ ਸੇ ਓਨਲੀ 크੍ਰਿਸਚਨਲਟੀ ਉਹ ਮੇਬੀ ਜੇ ਸਿੱਖ ਧਰਮ ਤਾਂ ਜਾਂਦਾ ਹੈ ਜਾਂ ਉਹ ਕਿਸੇ ਹੋਰ ਜਨਰਲ ਕਲਾਸ ਵਾਲੇ ਕਿਸੇ ਧਰਮ ਤਾਂ ਜਾਂਦਾ ਹੈ ਤੇ ਉਹਨੂੰ ਉਹਨਾਂ ਫੈਸਿਲਟੀਆਂ ਤੋਂ ਰੋਕ ਦੇਣਾ ਚਾਹੀਦਾ ਉਹਨੀਆਂ ਫੈਸਿਲਟੀਆਂ ਉਹਨੂੰ ਨਹੀਂ ਮਿਲਣੀਆਂ ਚਾਹੀਦੀਆਂ ਇਹ ਸਰਕਾਰ ਦਾ ਕੰਮ ਹੈ ਸਰਕਾਰ ਖਾਸ ਕਰ ਜਿਹੜੀ ਸਟੇਟ ਹੈ ਜਾਂ ਸੈਂਟਰ ਸੈਂਟਰ ਦੇ ਵਿੱਚ ਇਹ ਦੇਖੋ ਕੁਦਰਤਨ ਇੱਕ ਜਿਹੜਾ ਉਹ ਬੀਜੇਪੀ ਜਿਹੜੀ ਹੈ ਉਹ ਰਾਜ ਕਰ ਰਹੀ ਹੈ ਉਹ ਬਹੁਤ ਆਪਣੀ ਆਪ ਨੂੰ ਹਿੰਦੂਤਵ ਦੀ ਉਹ ਬਹੁਤ ਗੱਲ ਦੇ ਵਿੱਚ ਆਪਣੇ ਆਪ ਨੂੰ ਰਿਪਰੈਜ਼ੈਂਟ ਕਰਦੇ ਨੇ ਔਰ ਹਿੰਦੂ ਰਾਸ਼ਟਰ ਬਣਾਉਂਦੀਆਂ ਬਹੁਤ ਗੱਲਾਂ ਕਰਦੇ ਨੇ ਜੇ ਅੱਜ ਉਹ ਫੁੱਲ ਮжоਰਿਟੀ ਚ ਆਪਣੀ ਸੈਂਟਰ ਚ ਸਰਕਾਰ ਲੈ ਕੇ ਬੈਠੇ ਨੇ ਉਹਨਾਂ ਨੂੰ ਇਹਦੇ ਉੱਪਰ ਇੱਕ ਕਾਨੂੰਨ ਬਣਾਉਣਾ ਚਾਹੀਦਾ ਹੈ ਵੀ ਧਰਮਾਂਤਰਨ ਦਾ ਜਿਹੜਾ ਕਾਨੂੰਨ ਹੈ ਉਹ ਆਲ ਸਟੇਟ ਦੇ ਵਿੱਚ ਜਿਹੜਾ ਉਹ ਲਾਗੂ ਹੋਵੇ ਜਦੋਂ ਸੈਂਟਰ ਬਣਾਏਗੀ ਤਾਂ ਆਬਵੀਅਸਲੀ ਉਹ ਆਪਣੇ ਆਲ ਸਟੇਟ ਚ ਆਪਣੇ ਆਪ ਚਲਾ ਜਾਏਗਾ ਆਪਾਂ ਕਈ ਵਾਰੀ ਦੇਖਦੇ ਆਂ ਕਿ ਰਾਜਨੀਤਿਕ ਪਾਰਟੀਆਂ ਜਿਹੜੀਆਂ ਨੇ ਉਹ ਇੱਕ ਦੂਜੇ ਨੂੰ ਨੀਵਾ ਦਿਖਾਣ ਲਈ ਜਾਂ ਇੱਕ ਦੂਜੇ ਨੂੰ ਕ੍ਰਿਟੀਸਾਈਜ਼ ਕਰਨ ਲਈ ਉਹ ਚੁੱਕ ਕੇ ਸਟੇਟ ਤੇ ਪਾ ਦੇਣੀ ਇੱਥੇ ਆਪ ਹੈ ਜੀ ਉੱਥੇ ਕਾਂਗਰਸ ਹੈ ਜੀ ਉੱਥੇ ਹੋਰ ਪਾਰਟੀ ਹੈ ਉਹ ਵੇਖੇ ਉਹ ਕਰੇ ਬਟ ਇਹ ਸੈਂਟਰ ਗਵਰਨਮੈਂਟ ਦਾ ਇੱਕ ਜਿੰਮੇਵਾਰੀ ਬਣਦੀ ਹੈ ਕਿ ਉਹ ਇਹਦੇ ਵਾਸਤੇ ਕਾਨੂੰਨ ਜ਼ਰੂਰ ਉਹ ਬਣਾਵੇ ਜੀ ਬਿਲਕੁਲ ਬਾਕੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪੀ ਸਿੰਘ ਨੂੰ ਕੈਥਲਿਕ ਕ੍ਰਿਸਚਨ ਜਿਹੜੇ ਜਾ ਕੇ ਮਿਲੇ ਨੇ ਇਹਨਾਂ ਬਾਰੇ ਤੁਸੀਂ ਕੀ ਕਹੋਗੇ ਦੇਖੋ ਜਥੇਦਾਰ ਅਕਾਲ ਤਖਤ ਨੇ ਤਾ ਹਕੀਕਤ ਹੈ ਵੀ ਜੋ ਅਕਾਲ ਤਖਤ ਦੇ ਜਹੇਦਾਰ ਦੇ ਵਿੱਚ ਜੋ ਕੰਨ ਹੋਣਾ ਚਾਹੀਦਾ ਹੈ ਉਹ ਬਕਾਇਦਾ ਉਹਨਾਂ ਨੇ ਦਿਖਾਇਆ ਅਸੀਂ ਸਾਰੇ ਬਤੌਰ ਉਹਨਾਂ ਦਾ ਜਿਹੜੀ ਉਹ ਇੱਕ ਇੱਕ ਪ੍ਰੋਟੋਕਾਲ ਬਣਦੀ ਹੈ ਵੀ ਜਹੇਦਾਰ ਅਕਾਲ ਤਖਤ ਉਹ ਮੇਬੀ ਹਰਪ੍ਰੀਤ ਸਿੰਘ ਹੋਵੇ ਉਹ ਮੇਬੀ ਕੋਈ ਐਨੀ ਅਦਰ ਕੋਈ ਵੀ ਹੋਵੇ ਸਾਡਾ ਸਾਰੇ ਸਿੱਖਾਂ ਦਾ ਫਰਜ਼ ਬਣਦਾ ਵੀ ਉਹਨਾਂ ਦਾ ਜੋ ਕਿਹਾ ਉਹਨੂੰ ਇਨ ਬਿਨ ਸਾਨੂੰ ਮੰਨਣਾ ਚਾਹੀਦਾ ਪਰ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਉਹਨਾਂ ਨੇ ਬਕਾਇਦਾ ਉਹ ਜਿਹੜੇ 크ਿਸਚਨਲਟੀ ਦੇ ਜਿਹੜੇ ਆਏ ਸਾਰੇ ਉਹਨਾਂ ਦੇ ਲੀਡਰਸ ਉਹਨਾਂ ਨੇ ਹੀ ਵੀ ਉਸ ਮੀਟਿੰਗ 'ਚ ਬੈਠ ਕੇ ਇਹ ਜਿਹੜੇ ਜ਼ਿਆਦਾ ਜਿਹੜਾ ਜ਼ਿਆਦਾ ਜਿਹੜਾ ਬਹੁਤ ਆਪਣਾ ਧਰਮਾਂਤਰਨ ਦੇ ਉੱਤੇ ਬਹੁਤ ਫੋਕਸ ਕਰ ਰਹੇ ਨੇ ਉਹਨਾਂ ਨੂੰ ਉਹਨਾਂ ਨੇ ਬਕਾਇਦਾ ਉਸ ਚਲਦੀ ਮੀਟਿੰਗ 'ਚ ਸੋ ਕਾਲਡ ਪਾਸਟਰ ਜਿਹੜਾ ਉਹ ਉਹਨਾਂ ਨੇ ਨਾਮ ਦਿੱਤਾ ਉਹਨਾਂ ਨੂੰ ਉਹ ਜਿਹੜਾ ਸੋ ਕਾਲਡ ਪਾਸਟਰ ਜੇ ਉਹਨਾਂ ਦੀ ਕਸਨੈਲਟੀ ਦੇ ਜਿਹੜੇ ਮੁਖੀ ਨੇ ਜਾਂ ਜਿਹੜੇ ਉਹਨਾਂ ਦੇ ਧਰਮ ਦੇ ਜਿਹੜੇ ਵੱਡੇ ਲੀਡਰ ਨੇ ਜੇ ਉਹ ਇਹਨਾਂ ਨੂੰ ਕਹਿ ਰਹੇ ਨੇ ਵੀ ਇਹ ਗਲਤ ਕਰ ਰਹੇ ਨੇ ਉਹਨਾਂ ਨੇ ਬਕਾਇਦਾ ਇਹਨਾਂ ਉੱਤੇ ਐਫ ਆਈ ਆਰ ਦੀ ਡਿਟੇਲ ਵੀ ਦਿੱਤੀ ਵੀ ਅਸੀਂ ਇਹਨਾਂ ਦੇ ਉੱਤੇ ਐਫੇਅਰ ਕਰਾਈ ਹੈ ਐਫੇਅਰ ਕਰਾਈ ਇਹ ਬਕਾਇਦਾ ਹਕੀਕਤ ਹੈ ਸਾਨੂੰ ਸਾਰਿਆਂ ਨੂੰ ਇੱਕ ਇਕੱਠ ਹੋ ਕੇ ਇੱਕਮੁੱਠ ਹੋ ਕੇ ਇਹਨਾਂ ਸੋ ਕਾਲਡ ਪਾਸਟਰਾਂ ਦੇ ਖਿਲਾਫ ਸਾਨੂੰ ਲੜਾਈ ਲੜਨੀ ਪੈਗੀ ਇਹ ਜੋ ਕਰ ਰਹੇ ਨੇ ਇਹ ਸਾਡੇ ਹਿੰਦੁਸਤਾਨ ਦਾ ਸਾਡੇ ਪੰਜਾਬ ਦਾ ਸਾਡੇ ਸ਼ਹਿਰਾਂ ਦਾ ਇਹ ਬਹੁਤ ਵੱਡਾ ਇੱਕ ਖਤਰਨਾਕ ਭਿਆਨਕ ਰੂਪ ਲੈ ਕੇ ਆ ਰਹੇ ਨੇ ਜਿਹਦੇ ਨਾਲ ਸਾਡੇ ਅੱਗੋਂ ਆਉਣ ਵਾਲੇ ਮਜਬੀ ਦੰਗੇ ਜ਼ਰੂਰ ਹੋ ਸਕਦੇ ਨੇ ਇਹਨਾਂ ਉੱਤੇ ਆਪਾਂ ਨੂੰ ਰੋਕ ਲਾਉਣ ਲਈ ਆਪਾਂ ਨੂੰ ਇਹਨਾਂ ਉੱਤੇ ਕੰਮ ਕਰਨਾ ਪਏਗਾ ਸਵਾਲਾਂ ਦੇ ਜਵਾਬ ਦੇਣ ਲਈ ਧੰਨਵਾਦ ਹਰਪਾਲ ਜੀ ਤੇ ਇਹ ਨੇ ਸਾਡੇ ਨਾਲ ਹਰਪਾਲ ਸਿੰਘ ਚੱਡਾ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਹੋਰ ਨਵੀਂ ਸ਼ਖਸੀਅਤ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਤੁਹਾਡੇ ਰੂਬਰੂ ਉਹਨਾਂ ਨੂੰ ਵੀ ਕਰਵਾਵਾਂਗੇ ਦੇਖਦੇ ਰਹੋ ਅਜੀਤਪਬ ਟਵੀ ਮ ਹੌਨ ਰੋਬੀਆ ਨੂੰ ਦੇ ਦਿਓ ਇਜਾਜ਼ਤ